ਤਾਂ ਉਹ ਗ੍ਰਾਂ ਸਾਹਿਬ ਨੇ ਇੱਕ ਵਾਰੀ ਫਿਰ ਤੋਂ ਬੜੀਆਂ ਸਪਸ਼ਟ ਚੀਜ਼ਾਂ ਕਰ ਲਈਆਂ। ਗ੍ਰਾਂ ਸਾਹਿਬ ਅੱਜ ਮੀਟਿੰਗ ਹੋ ਗਈ ਹੈ ਮੁੱਖ ਮੰਤਰੀ ਦੇ ਨਾਲ, ਮੀਟਿੰਗ ਦਾ ਜਿਸ ਤਰ੍ਹਾਂ ਸਮਾਂ ਮੰਗਿਆ ਜਾ ਰਿਹਾ ਸੀ ਸਮਾਂ ਮਿਲਿਆ ਕੱਲ ਦੁਪਹਿਰ 3 ਵਜੇ ਦਾ, ਜਿਵੇਂ ਤੁਸੀਂ ਜਾਣਕਾਰੀ ਦਿੱਤੀ ਆ, ਉਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੋਵੇਗੀ, ਕਿੰਨੀ ਕੁ ਆਸ ਉਮੀਦ? ਦੇਖੋ ਚਰਚਾ ਹੋਣ ਤੋਂ ਬਾਅਦ ਹੀ ਕੁਛ ਕਹਿ ਸਕਦੇ ਹਾਂ ਤੁਹਾਨੂੰ ਵੀ ਕਿਸ ਕਿਸਮ ਦੀ ਚਰਚਾ ਹੋਗੀ। ਜਿਵੇਂ ਅੱਜ ਕੋਈ ਚਰਚਾ ਨਹੀਂ ਹੋ ਸਕੀ, ਸਿਰਫ ਇਹੀ ਕਨਵੇ ਕੀਤਾ ਵੀ ਮੁੱਖ ਮੰਤਰੀ ਸਾਹਿਬ, ਕਿਉਂਕਿ ਮੁੱਖ ਮੰਤਰੀ ਨਾਲ ਹੀ ਮੀਟਿੰਗ ਦੇ ਵਿੱਚ ਕੁਛ ਨਿਕਲ ਸਕਦਾ, ਇੱਥੇ ਤਾਂ ਕੋਈ ਆਸ ਨਹੀਂ ਸੀ ਕੀਤੀ ਜਾ ਸਕਦੀ। ਅਸੀਂ ਤਾਂ ਇਹ ਕਿਹਾ ਸੀ ਵੀ ਜੇ ਤੁਸੀਂ ਉਹਦੇ 'ਤੇ ਕੀ ਸੋਚਿਆ, ਉਹਦੇ ਜੇ ਕੁਛ ਬਣਾਇਆ ਤਾਂ ਤੁਹਾਨੂੰ ਦੱਸ ਦਿਓ। ਉਹ ਕਹਿੰਦੇ ਵੀ ਇਹ ਤਾਂ ਸਾਰਾ ਕੁਛ ਹੁਣ ਸੀ ਐਮ ਸਾਹਿਬ ਨੇ ਕੀਤਾ, ਸੀ ਐਮ ਸਾਹਿਬ ਹੀ ਫਾਈਨਲ ਅਥਾਰਟੀ ਆ, ਉਹੀ ਤੁਹਾਡੇ ਨਾਲ ਕਰਨੀ। ਉਗਰਾਹ ਸਰ ਇੱਕ ਤਾਂ ਚੀਜ਼ ਸਮਝਣੀ ਚਾਹਾਂਗੇ, ਇੱਕ ਪਾਸੇ ਜਿਵੇਂ ਦੂਜੇ ਧਰਨੇ ਤੇ ਬਾਕੀ ਜਥੇਬੰਦੀਆਂ ਨੇ, ਇੱਧਰ ਤੁਹਾਡੀ ਹੈ, ਤੁਹਾਡੇ ਜਿਹੜਾ ਧਰਨਾ ਇਹ, ਇਹਦੀਆਂ ਮੁੱਖ ਤੌਰ ਤੇ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਸਹਿਮਤੀ ਬਣ ਸਕਦੀ ਹੈ ਜਾਂ ਇਹਦੇ ਤੇ ਸਹਿਮਤੀ ਬਣਾਉਣੀ ਜ਼ਰੂਰੀ ਆ? ਮੁੱਖ ਮੰਗਾਂ ਮੈਂ ਚਾਹੂੰਗਾ ਕਿ ਸਾਰੇ ਕਿਸਾਨਾਂ ਤੱਕ ਉਹ ਪਹੁੰਚ ਜਾਣ। ਬਹੁਤ ਵੱਡੀਆਂ ਮੰਗਾਂ ਨੇ ਬਈ, ਜਿਹੜੀਆਂ ਨੇ ਮੰਗਾਂ ਮਤਲਬ ਖੇਤੀ ਨੀਤੀ, ਵਾਤਾ ਕਿਸਾਨ ਮਜ਼ਦੂਰ ਵਾਤਾਵਰਨ ਖੇਤ ਨਾਲ ਸੰਬੰਧਿਤ ਖੇਤੀ ਨੀਤੀ, ਇਹਦੇ ਵਿੱਚ ਬੜਾ ਕੁਛ ਆ ਜਾਂਦਾ। ਇਹਦੇ ਵਿੱਚ ਪਾਣੀ ਦਾ ਮਸਲਾ ਵੀ ਹੈ, ਇਹ 'ਚ ਕਰਜ਼ੇ ਦਾ ਮਸਲਾ ਵੀ ਹੈ, ਇਹਦੇ MSP ਦਾ ਮਸਲਾ ਵੀ ਹੈ, ਇਹਦੇ 'ਚ ਰੁਜ਼ਗਾਰ ਦਾ ਮਸਲਾ ਵੀ ਹੈ, ਇਹ 'ਚ ਖੁਦਕੁਸ਼ੀਆਂ ਦਾ ਮਸਲਾ ਵੀ ਹੈ, ਇਹਦੇ ਜ਼ਮੀਨਾਂ ਦੀ ਟੋਟ ਦਾ ਮਸਲਾ ਵੀ ਹੈ, ਮਜ਼ਦੂਰਾਂ ਦੇ ਰੁਜ਼ਗਾਰ ਦਾ ਮਸਲਾ, ਬਹੁਤ ਗੱਲਾਂ, ਬਹੁਤ ਵੱਡੀਆਂ ਗੱਲਾਂ ਨੇ ਇਹਦੇ ਵਿੱਚ ਜਿਹੜੀਆਂ ਅਸੀਂ ਹੈ। ਇਹਦੇ 'ਚ ਕੁਛ ਜਿਹੜੀਆਂ ਫੌਰੀ ਹੱਲ ਹੁੰਦੀਆਂ ਉਹ ਵੀ ਮੰਗਾਂ ਹੈਗੀਆਂ ਨੇ ਜਿਹੜੀਆਂ ਕਰ ਸਕਦੀਆਂ, ਖੁਦਕੁਸ਼ੀਆਂ ਦੀ ਪੀੜਤ ਮੁਆਵਜ਼ੇ ਦੇਣ ਦੀ ਗੱਲ ਹੈ, ਅਤੇ ਨਸ਼ਾ ਮੁਕਤ ਸਮਾਜ ਦੀ ਗੱਲ ਕਰਨੀ ਹੈ, ਵਾਤਾਵਰਨ 'ਚ ਡਾਇਵਰਸੀਫਿਕੇਸ਼ਨ ਦੀ ਗੱਲ ਕਰਨੀ ਹੈ, ਉਹ ਗੱਲਾਂ ਸਾਰੀਆਂ ਆਉਣਗੀਆਂ। ਜਦੋਂ ਪਾਣੀ ਦੀ ਗੱਲ ਆਊਗੀ ਤਾਂ ਡਾਇਵਰਸੀਫਿਕੇਸ਼ਨ ਦੀ ਗੱਲ ਆਊਗੀ ਵਿੱਚ। ਜਿਹੜੀ ਅੱਜ ਸਰਕਾਰ ਦੇ ਵੱਲੋਂ ਨੁਮਾਇੰਦੇ ਭੇਜੇ ਗਏ ਸੀ, ਚਾਹੇ ਬੇਸ਼ੱਕ ਸਮਾਂ ਹੀ ਮਿਲਿਆ, ਪਰ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਤੁਹਾਨੂੰ ਲੱਗਿਆ ਕਿ ਕਿਤੇ ਨਾ ਕਿਤੇ ਉਸ, ਕਿਉਂਕਿ ਸਰਕਾਰ ਨੂੰ ਮੰਗਾਂ ਤਾਂ ਪਤਾ, ਤੁਹਾਨੂੰ ਕੋਈ ਸੰਕੇਤ ਮਿਲਿਆ ਕਿ ਸਰਕਾਰ ਪੋਜ਼ਿਟਿਵ ਵਾਲੇ ਪਾਸੇ ਨੂੰ ਵੱਧ ਰਹੀ ਹੈ? ਦੇਖੋ ਮਿਲ ਕੇ ਕਹਿ ਸਕਦੇ ਆਪਾਂ, ਬਿਨਾਂ ਮਿਲੇ ਇਹਨਾਂ ਨੇ ਸਰਕਾਰ ਨੂੰ ਕੀ ਕਹਿ ਸਕਦੇ ਹਾਂ, ਸਰਕਾਰ ਪੋਜ਼ਿਟਿਵ ਸੋਚਦੀ ਹੈ ਕਿ ਨਹੀਂ ਸੋਚਦੀ। ਹੁਣ ਪੋਜ਼ਿਟਿਵ ਦਾ ਤਾਂ ਪਤਾ ਉਹਨਾਂ ਦੇ, ਜਦੋਂ ਕਿਸੇ ਦਾ ਸਿੱਟਾ ਤਾਂ ਫਿਰ ਨਿਕਲਦਾ, ਜਦੋਂ ਉਹਨਾਂ ਨੇ ਪੋਜ਼ਿਟਿਵ ਗੱਲਾਂ ਦੇ ਵਿੱਚ ਸਾਡੇ ਮੰਗ ਪੱਤਰ ਨੂੰ ਕਿਵੇਂ ਸਹੀ ਦੇਖਦੇ ਨੇ ਉਹ, ਉਹਨਾਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਗੱਲਾਂ ਕਿਵੇਂ ਪ੍ਰਵਾਨ ਕੀਤੀਆਂ ਨੇ, ਕਦੋਂ ਇੰਪਲੀਮੈਂਟ ਹੋਣਗੀਆਂ, ਉਦੋਂ ਬਾਅਦ ਹੀ ਪੋਜ਼ਿਟਿਵ ਦਾ ਤਾਂ ਪਤਾ ਲੱਗਦਾ। ਉਗਰਾਹ ਸਾਹਿਬ ਪਹਿਲਾਂ ਵੀ ਤੁਹਾਡੀ ਇੱਕ ਵਾਰੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਕਾਫੀ ਚਰਚਾਵਾਂ ਹੋਈਆਂ ਸੀ, ਉਦੋਂ ਕੀ ਨਿਬੜਿਆ ਸੀ? ਬਥੇਰੀ ਵਾਰ ਕੁਛ ਨਹੀਂ ਕਦੇ ਨਿਬੜਿਆ, ਹੁੰਦਾ ਹਾਂ ਹੂੰ ਬਹੁਤ ਦਾ ਹੁੰਦਾ, ਅਤੇ ਫਾਈਨਲ ਕੁਛ ਨਹੀਂ ਹੁੰਦਾ। ਅੱਜ ਕੁੰਵਰ ਵਿਜੇ ਪ੍ਰਤਾਪ, ਇੱਕ ਲਾਸਟ ਸਵਾਲ ਹੈ, ਅੱਜ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਸੀ ਕਿ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਹੀ ਬੁਲਾ ਲਿਆ ਜਾਵੇ, ਕੱਲ੍ਹ ਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਕਿਸਾਨੀ ਔਰ ਬੇਅਦਬੀ ਦੇ ਮਸਲੇ 'ਤੇ ਕਹਿੰਦੇ ਸੀ ਕਿ ਚਰਚਾ ਹੋ ਜਾਵੇ। ਚਲੋ ਉਹਨਾਂ ਦਾ ਪੋਲੀਟੀਕਲ ਮਸਲਾ, ਕਰਨਾ ਉਹਨਾਂ ਨੇ ਕਰਨਾ ਨਹੀਂ ਕਰਨਾ। ਤਾਂ ਕੱਲ੍ਹ ਦੇ ਲਈ ਆਸ ਅਤੇ ਉਮੀਦ ਹੈ ਜੀ, ਕਹਿੰਦੇ ਨੇ ਕਿ ਕੱਲ੍ਹ 3 ਵਜੇ ਦਾ ਸਮਾਂ ਦਿੱਤਾ ਗਿਆ। ਤਾਂ ਜੋਗਿੰਦਰ ਸਿੰਘ ਉਗਰਾਹਾਂ ਇੱਕ ਵੱਡੇ ਕਿਸਾਨ ਆਗੂ ਨੇ, ਇੱਕ ਵੱਡੀ ਜਥੇਬੰਦੀ ਚਲਾਉਂਦੇ ਨੇ, ਔਰ ਸਾਫ ਤੌਰ 'ਤੇ ਕਹਿੰਦੇ ਨੇ ਕਿ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਮਹਿਜ਼ ਅੱਜ ਤਾਂ ਕੱਲ੍ਹ ਸਮੇਂ ਤੱਕ ਦੀ ਜਿਹੜੀ ਹੈਗੀ ਹੈ ਮੀਟਿੰਗ ਦੇ ਵਿੱਚ ਇੱਕ ਫੈਸਲਾ ਹੋ ਸਕਿਆ, ਔਰ ਕੱਲ੍ਹ ਦੀ ਮੀਟਿੰਗ ਬੜੀ ਮਹੱਤਵਪੂਰਨ ਰਹਿਣ ਵਾਲੀ ਹੈ, ਕਿਉਂਕਿ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਣੀ ਹੈ। ਤਾਂ ਮੁੱਖ ਮੰਤਰੀ, ਕਿਉਂਕਿ ਜੇ ਉਹਨਾਂ ਦਾ ਕੋਈ ਮੰਤਰੀ ਜਾਂ ਕੋਈ ਅਧਿਕਾਰੀ ਆਉਂਦੇ ਨੇ ਤਾਂ ਉਹਨਾਂ ਦੇ ਕੋਲ ਉਹਨੇ ਇੱਕ ਅਧਿਕਾਰ ਨੇ ਆਖਰੀ ਫੈਸਲਾ ਫਿਰ ਵੀ ਮੁੱਖ ਮੰਤਰੀ ਦੇ ਨਾਲ ਰਾਏ ਚਰਚਾ ਕਰੇ ਬਿਨਾਂ ਨਹੀਂ ਹੋ ਸਕਦਾ। ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਮੀਟਿੰਗ ਦਾ ਹਿੱਸਾ ਹੋਣਗੇ, ਖੁਦ ਮੀਟਿੰਗ ਲੈਣਗੇ, ਔਰ ਮੀਟਿੰਗ ਦੇ ਵਿੱਚ ਜੇ ਕੋਈ ਫੈਸਲਾ ਬਣਦਾ, ਕੋਈ ਸਹਿਮਤੀ ਬਣਦੀ ਆ, ਤਾਂ ਕਿਸਾਨਾਂ ਦਾ ਧਰਨਾ ਜਿਹੜਾ ਹੈਗਾ ਉਹ ਖਤਮ ਹੋਏਗਾ, ਜਿਹੜਾ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਲੱਗਿਆ ਹੋਇਆ। ਕਰੀਬ 1.5 ਦਹਾਕੇ ਬਾਅਦ ਕਿਸਾਨ ਚੰਡੀਗੜ੍ਹ ਦੇ ਵਿਚਕਾਰ ਧਰਨਾ ਦੇ ਰਹੇ ਨੇ, ਔਰ ਕਰੀਬ 1.5 ਦਹਾਕੇ ਬਾਅਦ ਕਿਸਾਨਾਂ ਨੇ ਮਟਕਾ ਚੌਂਕ, ਜਿਹੜਾ ਅਕਸਰ ਅਸੀਂ ਪਹਿਲਾਂ ਸੁਣਦੇ ਸੀ ਕਿ ਮਟਕਾ ਚੌਂਕ 'ਤੇ ਧਰਨਾ ਦੇਣ ਚੱਲੇ ਨੇ ਫਲਾਨੇ ਅਧਿਕਾਰੀ, ਫਲਾਨੇ ਸੰਘਰਸ਼ ਕਮੇਟੀ ਵਾਲੇ, ਤਾਂ 1.5 ਦਹਾਕੇ ਬਾਅਦ ਉਹ ਪੰਜਾਬ ਦੇ ਕਿਸਾਨ ਮਟਕਾ ਚੌਂਕ ਤੱਕ ਪ੍ਰਦਰਸ਼ਨ ਕਰਕੇ ਗਏ ਨੇ, ਹੁਣ ਸੈਕਟਰ 34 ਦੇ ਵਿੱਚ ਬੈਠੇ ਨੇ। ਤਾਂ ਕੱਲ੍ਹ ਮੁੱਖ ਮੰਤਰੀ ਦੇ ਨਾਲ ਬੜੀ ਮਹੱਤਵਪੂਰਨ ਮੀਟਿੰਗ, ਔਰ ਉਸ ਮੀਟਿੰਗ ਦੇ ਵਿੱਚ ਕੀ ਕੁਝ ਚਰਚਾ ਹੋਵੇਗੀ? ਹਾਲਾਂਕਿ ਉਗਰਾਹਾਂ ਨੇ ਕਿਹਾ ਕਿ ਖੇਤੀ ਨੀਤੀ ਸਮੇਤ ਕਿਸਾਨਾਂ ਦਾ ਕਰਜ਼ਾ, ਖੁਦਕੁਸ਼ੀਆਂ, ਅਨੇਕਾਂ ਐਸੇ ਵੱਡੇ ਮਸਲੇ ਨੇ ਜਿਨ੍ਹਾਂ 'ਤੇ ਚਰਚਾ ਕਰਨੀ ਆ।
ਤਾਂ ਦੇਖਦੇ ਹਾਂ ਜੀ ਕੱਲ ਦੀ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਹੁੰਦੇ ਨੇ। ਫਿਲਹਾਲ ਚੰਗੇ ਦੀ ਆਸ ਕਿਸਾਨਾਂ ਨੂੰ ਵੀ ਹੈ ਤੇ ਪੰਜਾਬ ਨੂੰ ਵੀ ਹੈ। ਔਰ ਜੇ ਮੁੱਖ ਮੰਤਰੀ ਮੀਟਿੰਗ ਕਰਨ ਆ ਰਹੇ ਨੇ ਤੇ ਇਹੀ ਆਸ ਕੀਤੀ ਜਾ ਰਹੀ ਹੈ ਕਿ ਮੁੱਖ ਮੰਤਰੀ ਕੋਈ ਫੈਸਲਾ ਲੈ ਸਕਦੇ ਨੇ। ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।